ਸੰਬੰਧਿਤ ਹੈ, ਜਿੱਥੇ ਇਹ ਡਾਕਟਰ ਸਾਹਿਬ ਜੋ ਸੁਖਦੇਵ ਸਿੰਘ ਜੀ ਨੇ, ਇਹਨਾਂ ਨੂੰ ਫਰੌਤੀ ਦੀ ਕਾਲਾਂ ਆਈਆਂ ਸਨ। ਇਹ ਪੇਸ਼ੇ ਵਜੋਂ ਆਰਐਮਪੀ ਡਾਕਟਰ ਨੇ ਜੋ ਆਪਣੀ ਦੁਕਾਨ ਕਰਦੇ ਨੇ। ਇਹਨਾਂ ਨੂੰ ਕਾਲਜ਼ ਆਈਆਂ ਤਾਂ ਇਹਨਾਂ ਨੇ ਉਹ ਸਾਰੀਆਂ ਕਾਲਜ਼ ਅਵੋਇਡ ਕੀਤੀਆਂ। ਉਸ ਤੋਂ ਬਾਅਦ ਇਹਨਾਂ ਨੂੰ ਜੋ ਹੈ ਰਸਤੇ 'ਚ ਜਾਂਦੇ ਆ ਮੋਟਰਸਾਈਕਲ 'ਤੇ ਕੁਛ ਜੋ ਵਿਅਕਤੀਆਂ ਵੱਲੋਂ ਪਿਸਤੌਲ ਲਿਖਾ ਕੇ ਧਮਕੀ ਵੀ ਦਿੱਤੀ ਗਈ ਅਤੇ 5 ਲੱਖ ਦੀ ਫਰੌਤੀ ਦੀ ਮੰਗ ਵੀ ਕੀਤੀ ਗਈ। ਉਸ ਤੋਂ ਬਾਅਦ ਇਹ ਵੀ ਪਤਾ ਚੱਲਿਆ ਕਿ ਇਹਨਾਂ ਨੇ 3 ਕੁ ਲੱਖ ਰੁਪਏ ਸ਼ਾਇਦ ਦੇ ਵੀ ਦਿੱਤੇ ਸੀ। ਇਸ ਚੱਲ ਰਹੀ ਹੈ ਸਾਡੇ ਕੋਲ ਇੱਕ ਵਿਅਕਤੀ ਜਿਹਦੇ ਖਿਲਾਫ ਜੋ ਇੱਕ ਕ੍ਰਿਮੀਨਲ ਕੇਸ ਜੋ ਪੈਂਡਿੰਗ ਹੈ ਉਹਦੇ ਬਾਰੇ ਰਿਪੋਰਟ ਆਈ ਹੈ। ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਡੇਲੀ ਡੈਸਕ ਟੀਵੀ ਕੈਨੇਡਾ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਲਵ ਗਿੱਲ ਸ਼ਾਹ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ। ਸੋ ਪੰਜਾਬ ਪੁਲਿਸ ਨੇ ਜਿਹੜਾ ਵਾ ਤੁਹਾਨੂੰ ਪਤਾ ਹੀ ਹੈ ਕਿ ਲਗਾਤਾਰ ਜਿਹੜੀ ਆ ਤੁਹਾਡੀ ਜਾਨ ਮਾਲ ਦੀ ਅੱਗੇ ਹੋ ਕੇ ਜਿਹੜੀ ਰੱਖਿਆ ਕਰਦੀ ਹੈ ਅਤੇ ਉਸੇ ਹੀ ਤਹਿਤ ਇੱਕ ਸਿੱਟਾ ਦੇਖਣ ਨੂੰ ਮਿਲਿਆ ਕਿ ਜਿੱਥੇ 24 ਘੰਟਿਆਂ ਦੇ ਅੰਦਰ ਇੱਕ ਪਰਿਵਾਰ ਦੇ ਕੋਲੋਂ ਜਿਹੜਾ ਵਾ ਡਾਕਟਰ ਦੇ ਕੋਲੋਂ ਜਿਹੜਾ ਫਰੌਤੀ ਮੰਗਣ ਵਾਲੇ 5 ਵਿਅਕਤੀਆਂ ਨੂੰ ਜਿਹੜਾ ਵਾ 24 ਘੰਟੇ ਦੇ ਅੰਦਰ ਅੰਦਰ ਕਾਬੂ ਕੀਤਾ ਗਿਆ ਅਤੇ ਉਹਨਾਂ ਨੂੰ ਜਿਹੜਾ ਵਾ ਕਿਵੇਂ ਕਾਬੂ ਕੀਤਾ ਗਿਆ, ਕਿਸ ਤਹਿਤ ਕਾਬੂ ਕੀਤਾ ਗਿਆ, ਇਹ ਜਾਣਕਾਰੀ ਲੈਣ ਦੇ ਲਈ ਸਾਡੇ ਨਾਲ ਜਿਹੜਾ ਇਸ ਵਕਤ ਜਿਹੜਾ ਨੇ ਮਾਨਯੋਗ ਅੰਮ੍ਰਿਤਸਰ ਦਿਹਾਤੀ ਦੇ SSP ਚਰਨਜੀਤ ਸਿੰਘ ਸੋਲ ਨੇ। ਚਰਨਜੀਤ ਸਿੰਘ ਸੋਲ ਸਾਹਿਬ ਦੇ ਨਾਲ ਗੱਲਬਾਤ ਕਰ ਲਾਂਗੇ। ਉਹਨਾਂ ਪੁੱਛਾਂਗੇ ਕਿਵੇਂ ਕਾਬੂ ਕੀਤਾ ਗਿਆ, ਪਹਿਲਾਂ ਕੀ ਇਹਨਾਂ ਨੇ ਕਾਰਜ ਕੀਤੇ ਜਾਂ ਪਹਿਲਾਂ ਹੀ ਮਾਮਲੇ ਦਰਜ ਨੇ, ਸਾਰੀ ਜਾਣਕਾਰੀ ਜਿਹੜੀ ਆ ਉਹਨਾਂ ਕੋਲ ਲੈ ਲੈਂਦੇ ਹਾਂ। ਸਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸਰ ਅੱਜ ਜਿਹੜਾ 24 ਘੰਟੇ ਦੇ ਅੰਦਰ ਇਹਨਾਂ 5 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ, ਕਿਵੇਂ ਕਾਬੂ ਕੀਤਾ ਅਤੇ ਕਿਸ ਕੋਲੋਂ ਇਹਨਾਂ ਨੇ ਫਰੌਤੀ ਮੰਗੀ ਸੀ ਅਤੇ ਕਿੰਨੀ ਮੰਗੀ ਸੀ? ਦੇਖੋ ਜੀ, ਇਹ ਜੋ ਪੂਰਾ ਮਾਮਲਾ ਹੈ ਜੰਡਿਆਲਾ ਗੁਰੂ ਦੇ ਇੱਕ ਪਿੰਡ ਨੰਗਲੀ ਗੁਰੂ ਉਹਦੇ ਨਾਲ ਸੰਬੰਧਿਤ ਹੈ, ਜਿੱਥੇ ਇਹ ਡਾਕਟਰ ਸਾਹਿਬ ਜੋ ਸੁਖਦੇਵ ਸਿੰਘ ਜੀ ਨੇ, ਇਹਨਾਂ ਨੂੰ ਫਰੌਤੀ ਦੀ ਕਾਲਾਂ ਆਈਆਂ ਸਨ। ਇਹ ਪੇਸ਼ੇ ਵਜੋਂ ਆਰਐਮਪੀ ਡਾਕਟਰ ਨੇ ਜੋ ਆਪਣੀ ਦੁਕਾਨ ਕਰਦੇ ਨੇ, ਅਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਕਾਲਜ਼ ਆਈਆਂ ਤਾਂ ਇਹਨਾਂ ਨੇ ਉਹ ਸਾਰੀਆਂ ਕਾਲਜ਼ ਅਵੋਇਡ ਕੀਤੀਆਂ। ਉਸ ਤੋਂ ਬਾਅਦ ਇਹਨਾਂ ਨੂੰ ਜੋ ਹੈ ਰਸਤੇ 'ਚ ਜਾਂਦੇ ਆ ਮੋਟਰਸਾਈਕਲ 'ਤੇ ਕੁਛ ਜੋ ਵਿਅਕਤੀਆਂ ਵੱਲੋਂ ਪਿਸਤੌਲ ਲਿਖਾ ਕੇ ਧਮਕੀ ਵੀ ਦਿੱਤੀ ਗਈ ਅਤੇ 5 ਲੱਖ ਦੀ ਫਰੌਤੀ ਦੀ ਮੰਗ ਵੀ ਕੀਤੀ ਗਈ। ਉਸ ਤੋਂ ਬਾਅਦ ਇਹ ਵੀ ਪਤਾ ਚੱਲਿਆ ਕਿ ਇਹਨਾਂ ਨੇ 3 ਕੁ ਲੱਖ ਰੁਪਏ ਸ਼ਾਇਦ ਦੇ ਵੀ ਦਿੱਤੇ ਸੀ। ਇਹ ਤਫਤੀਸ਼ ਜਾਰੀ ਹੈ। ਇਸ ਤੋਂ ਬਾਅਦ ਜਦੋਂ ਇਹਨਾਂ ਨੇ ਪੁਲਿਸ ਕੋਲ ਪਹੁੰਚ ਕੀਤੀ ਤਾਂ ਪੁਲਿਸ ਵੱਲੋਂ ਇਮੀਡੀਏਟਲੀ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ। ਵੱਖ ਵੱਖ ਪਹਿਲੂਆਂ ਤੋਂ ਜੋ ਹੈ ਉਹ ਜਾਂਚ ਕੀਤੀ ਗਈ, ਟੀਮਸ ਬਣਾ ਕੇ ਜੋ ਹੈ ਇਹਨਾਂ 5 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਕੋਲੋਂ ਇੱਕ XUV, ਇੱਕ ਮੋਟਰਸਾਈਕਲ, 1.5 ਲੱਖ ਰੁਪਏ ਦੀ ਮਨੀ ਅਤੇ ਇੱਕ 315 ਬੋਰ ਦਾ ਦੇਸੀ ਕੱਟਾ ਜੋ ਹੈ ਬਰਾਮਦ ਕੀਤਾ ਗਿਆ ਹੈ ਜੀ। ਸਰ ਇਹ ਜਿਹੜੇ 5 ਵਿਅਕਤੀ ਜਿਹੜੇ ਫੜੇ ਗਏ ਨੇ ਆਪਣਾ, ਇਹਨਾਂ ਦੇ ਉੱਪਰ ਮਾਮਲਿਆਂ ਬਾਰੇ ਦੱਸ ਦਿੱਤਾ ਜਾਵੇ ਵੀ ਪਹਿਲਾਂ ਇਹਨਾਂ ਉੱਪਰ ਮਾਮਲੇ ਦਰਜ ਹੈਗੇ ਨੇ? ਅਜੇ ਤਫਤੀਸ਼ ਚੱਲ ਰਹੀ ਹੈ। ਸਾਡੇ ਕੋਲ ਇੱਕ ਵਿਅਕਤੀ ਜਿਹਦੇ ਖਿਲਾਫ ਜੋ ਇੱਕ ਕ੍ਰਿਮੀਨਲ ਕੇਸ ਜੋ ਪੈਂਡਿੰਗ ਹੈ ਉਹਦੇ ਬਾਰੇ ਰਿਪੋਰਟ ਆਈ ਹੈ। ਅਸੀਂ ਹੋਰ ਸਾਰਿਆਂ ਬਾਰੇ ਜੋ ਹੈ ਇਹਦੇ ਬਾਰੇ ਪਤਾ ਕਰ ਰਹੇ ਹਾਂ ਅਤੇ ਜਲਦੀ ਇਹਦੇ ਬਾਰੇ ਸਾਰਾ ਰਿਕਾਰਡ ਵੀ ਇਕੱਠਾ ਕਰ ਲਿਆ ਜਾਏਗਾ। ਅਤੇ ਇਸ ਦੇ ਵਿੱਚ ਮੇਨ ਚੀਜ਼ ਇਹ ਹੈ ਕਿ ਜਿਹੜਾ ਗੁਰਿੰਦਰ ਸਿੰਘ ਹੈ ਉਹ ਕਿੰਗ ਪਿੰਨ ਹੈ, ਉਹਨੇ ਉਸ ਤਰੀਕੇ ਦੇ ਨਾਲ ਕਾਰਵਾਈ ਕੀਤੀ। ਅਸਲ ਦੇ ਵਿੱਚ ਇਹ ਗੁਰਿੰਦਰ ਸਿੰਘ ਜੋ ਹੈ ਇਹਦੇ ਚਾਚਾ ਜੀ ਦੀ ਜੋ ਜਗ੍ਹਾ ਸੀ ਜਿੱਥੇ ਇਹ ਡਾਕਟਰ ਸਾਹਿਬ ਕੰਮ ਕਰਦੇ ਨੇ ਉਹਨਾਂ ਦਾ ਸ਼ੌਪ ਹੈ ਉੱਥੇ ਸੀ। ਸੋ ਇਹ ਪਹਿਲਾਂ ਉਹਨਾਂ ਨੂੰ ਜਾਣਦਾ ਸੀ, ਇਹਨੂੰ ਲੱਗਦਾ ਸੀ ਕਿ ਇਹ ਇੱਕ ਈਜ਼ੀ ਮਨੀ ਹੈ ਅਤੇ ਜਿੱਥੋਂ ਇਹ ਪ੍ਰਾਪਤ ਕਰ ਸਕਦੇ ਨੇ, ਸੌਫਟ ਟਾਰਗੇਟ ਨੇ। ਅਤੇ ਉਹਨੇ ਸਾਰਾ ਇਹ ਪਲਾਨ ਬਣਾਇਆ ਜਿਹਦੇ ਵਿੱਚ ਇਹਨੇ ਰਮਨਦੀਪ ਸਿੰਘ ਰੰਮਾ, ਸਿਮਰਜੀਤ ਸਿੰਘ ਸਿੰਮਾ ਅਤੇ ਗੁਰਪ੍ਰੀਤ ਸਿੰਘ ਗੋਪੀ ਅਤੇ ਹੋਰ ਜਿਹੜੇ ਹੈਗੇ ਇਹਦੇ ਸਾਥੀ, ਇਹਨਾਂ ਨੂੰ ਇਨਵੋਲਵ ਕੀਤਾ। ਹਰੇਕ ਨੂੰ ਡਿਊਟੀ ਉਸਦੇ ਅਕੋਰਡਿੰਗਲੀ ਲਾਈ ਗਈ ਕਿ ਕੌਣ ਕਿਸ ਤਰੀਕੇ ਨਾਲ ਪੈਸਾ ਇਕੱਠਾ ਕਰੇਗਾ, ਕਿ ਕਿਸ ਤਰੀਕੇ ਨਾਲ ਐਕਸਟੋਰਸ਼ਨ ਕਾਲ ਕੀਤੀ ਜਾਏਗੀ ਜੀ, ਠੀਕ ਹੈ ਜੀ, ਕਿਵੇਂ ਇਸ ਵਿਅਕਤੀ ਨੂੰ ਅਪਰੋਚ ਕੀਤਾ ਜਾਏਗਾ। ਸਰ ਇਹ ਕਿਸ ਤਰ੍ਹਾਂ ਆਪਣਾ ਇਹਨਾਂ ਨੂੰ ਜਿਹੜਾ ਫਿਰ ਫੜਿਆ ਗਿਆ ਆਪਣਾ, ਫਿਰ ਟੀਮ ਬਣਾਈ ਗਈ ਅਤੇ ਕਿੱਥੋਂ ਇਹਨਾਂ ਨੂੰ ਕਾਬੂ ਕੀਤਾ ਗਿਆ? ਦੇਖੋ ਜੀ, ਸਭ ਤੋਂ ਪਹਿਲਾਂ ਜਦੋਂ ਇਹ ਪਰਚਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਇਹਦੇ ਵਿੱਚ ਕਾਰਵਾਈ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਇਹ ਟੀਮਸ ਬਣਾਈਆਂ ਗਈਆਂ
ਕਿਉਂਕਿ ਇਹਨਾਂ ਵੱਲੋਂ ਐਕਸਟੋਰਸ਼ਨ ਕਾਲ ਸੀਗੀਆਂ, ਤਾਂ ਉਸ ਤਰੀਕੇ ਦਾ ਪਲੇਸ ਐਂਡ ਟਾਈਮ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਜੋ ਹੈ ਜੋ ਜੋ ਇਹਨਾਂ ਦੀ ਟੈਕਨੀਕਲੀ ਅਸੀਂ ਇਹਨਾਂ ਨੂੰ ਵਾਚ ਕਰਿਆ, ਸਰਵੇਲੈਂਸ 'ਤੇ ਰੱਖਿਆ, ਉਸ ਤਰੀਕੇ ਨਾਲ ਇਹਨਾਂ ਨੂੰ ਕਾਬੂ ਕੀਤਾ ਗਿਆ। ਸਰ ਇੱਕ ਵਧੀਆ ਗੱਲ ਵੀ ਹੁੰਦੀ ਆ ਇਸ ਟਾਈਮ ਜਿਹੜੇ ਫੋਰਨਿਸਟ ਵੀ ਦੇਖ ਰਹੇ ਸਾਨੂੰ, ਜਿਵੇਂ ਕਿ ਕੈਨੇਡਾ ਦੀ ਸੰਗਤ ਜਿਹੜੀ ਉਹ ਵੀ ਦੇਖ ਰਹੀ ਆ, ਵਿਊਅਰਸ ਦੇਖ ਰਹੇ ਨੇ ਆਪਣਾ, ਸਰ 24 ਘੰਟੇ ਦੇ ਅੰਦਰ ਕਾਬੂ ਕੀਤਾ ਵਾ, ਹੈ ਨਾ, ਅਮਨ ਸ਼ਾਂਤੀ ਦੀ ਵਾਸਤੇ ਜਿਹੜਾ ਪੰਜਾਬ ਪੁਲਿਸ ਦਿਨ ਰਾਤ ਮਿਹਨਤ ਕਰ ਰਹੀ ਆ, ਕਾਰਜ ਕਰ ਰਹੀ ਆ, ਹੈ ਨਾ। ਕਈ ਲੋਕ ਕਹਿੰਦੇ ਨੇ ਜੀ ਆਪਣਾ ਕਾਰਜ ਨਹੀਂ ਕੀਤਾ ਜਾਂਦਾ, ਇਦਾਂ ਦਾ ਜਾਂ ਉਦਾਂ ਦਾ ਰਹਿ ਜਾਂਦਾ, ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਹੈ, ਪੰਜਾਬ ਪੁਲਿਸ ਕਮਿਟਡ ਹੈ ਪ੍ਰੋਫੈਸ਼ਨਲ ਪੁਲਿਸਿੰਗ ਲਈ, ਅਤੇ ਅਸੀਂ ਆਪਣਾ ਕੰਮ ਕਰ ਰਹੇ ਹਾਂ। ਜਿਵੇਂ ਸਾਨੂੰ ਕੋਈ ਨਾ ਕੋਈ ਚੀਜ਼ ਮਿਲਦੀ ਹੈ ਇਸ ਤਰੀਕੇ ਦੇ ਥ੍ਰੈਟਨਿੰਗ ਕਾਲਸ ਦੀ, ਜੇ ਤੁਸੀਂ ਗੱਲ ਕਰੋ, ਸਾਡੇ ਕੋਲ ਕੋਈ ਵੀ ਆਉਂਦਾ ਹੈ, ਅਪਰੋਚ ਕਰਦਾ ਹੈ ਅਤੇ ਰਿਪੋਰਟ ਕਰਦਾ ਹੈ, ਅਸੀਂ ਉਸ 'ਤੇ ਕਾਰਵਾਈ ਕਰਦੇ ਹਾਂ। ਇੱਕ ਵੱਡਾ ਸਵਾਲ ਹੈ ਸਰ, ਜਦੋਂ ਕਿਤੇ ਫਰੋਤੀ ਮੰਗੀ ਜਾਂਦੀ ਤੇ ਬੰਦੇ ਨੂੰ ਡਰਾਉਣ ਦੇ ਵਾਸਤੇ ਕਿਸੇ ਗੈਂਗ ਦਾ ਨਾਂ ਲੈ ਦਿੱਤਾ ਜਾਂਦਾ, ਇਹਨਾਂ ਨੇ ਵੀ ਕਿਸੇ ਗੈਂਗ ਦਾ ਨਾਂ ਲਿਆ ਸੀ? ਦੇਖੋ ਜੀ, ਅਜੇ ਸਾਡੀ ਤਫਤੀਸ਼ ਜਾਰੀ ਹੈ, ਇਹਦੇ ਵਿੱਚ ਕਿਹੜੇ ਗੈਂਗ ਦਾ ਨਾਂ ਲਿਆ ਅਜੇ ਇਹ ਗੱਲ ਕਲੀਅਰ ਕੀਤੀ ਜਾ ਰਹੀ ਹੈ, ਕਿਉਂਕਿ ਇਹਨਾਂ ਨੇ ਪਹਿਲਾਂ ਇਨੀਸ਼ੀਅਲੀ ਕਾਲਸ ਚੁੱਕੀਆਂ ਨਹੀਂ, ਸਿਰਫ ਇਹਨਾਂ ਨੂੰ ਜੋ ਹੈ ਸਿੰਪਲੀ ਧਮਕੀਆਂ ਦਿੱਤੀਆਂ ਗਈਆਂ ਸਨ, ਠੀਕ ਹੈ, ਜਦੋਂ ਇਹ ਰਸਤੇ ਜਾਂਦੇ ਇਹਨਾਂ ਨੂੰ ਜੋ ਹੈ ਪਿਸਟਲ ਦਿਖਾ ਕੇ, ਸੋ ਇਹ ਸਾਰੀ ਤਫਤੀਸ਼ ਚੱਲ ਰਹੀ ਹੈ ਜੀ। ਸਰ ਇੱਕ ਵੱਡਾ ਸਵਾਲ ਆਉਂਦਾ ਵਾ, ਬਾਰ ਬਾਰ ਅਸੀਂ ਉਹ ਸਵਾਲ ਦਾ ਜ਼ਿਕਰ ਵੀ ਕਰਦੇ ਹਾਂ, ਆਪਣੇ ਕਾਰਜ ਪੱਖੋਂ ਜਿਹੜਾ ਮਿਹਨਤ ਪੱਖੋਂ ਕਰਕੇ ਕੋਈ ਵੈਲ ਸੈਟਲ ਹੁੰਦਾ ਤੇ ਇਹ ਲੋਕ ਜਿਹੜੇ ਨੇ ਆਪਣਾ ਉਹਨਾਂ ਨੂੰ ਧਮਕੀਆਂ ਦੇ ਦਿੰਦੇ ਨੇ, ਵਿਚਾਰੇ ਡਰਦੇ ਹੁੰਦੇ ਆ ਵੀ ਕੋਈ ਵੱਡਾ ਨੁਕਸਾਨ ਨਾ ਹੋ ਜੇ, ਹੈ ਨਾ, ਗਾਂ ਜਾ ਕੇ ਕੋਈ ਸਾਡਾ ਕੋਈ ਜਾਨ ਮਾਲ ਦਾ ਵੱਡਾ ਨੁਕਸਾਨ ਨਾ ਹੋਵੇ, ਡਰਦੇ ਵਿਚਾਰੇ ਫਰੋਤੀ ਦੇ ਦਿੰਦੇ ਆ, ਪੁਲਿਸ ਪ੍ਰਸ਼ਾਸਨ ਤੱਕ ਕਈ ਵਾਰੀ ਕੇਸ ਵੀ ਨਹੀਂ ਹੁੰਦਾ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹੈਲਪ ਪੱਖੋਂ ਵੀ ਆਪਾਂ ਨਾਲ ਖੜੇ ਉਹਨਾਂ ਦੇ? ਦੇਖੋ ਜੀ, ਪੰਜਾਬ ਪੁਲਿਸ ਕਮਿਟਡ ਹੈ, ਮੈਂ ਦੁਬਾਰਾ ਇਹਨੂੰ ਦੱਸ ਰਿਹਾ ਜੀ, ਅਸੀਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਕਮਿਟਡ ਹੈ। ਇਸ ਤਰੀਕੇ ਦੀ ਕਿਸੇ ਨੂੰ ਵੀ ਕੋਈ ਫਰੌਤੀ ਦੀ ਕਾਲ ਆਉਂਦੀ ਹੈ, ਸਾਡੇ ਨਾਲ ਸੰਪਰਕ ਕਰਨ, ਸਾਨੂੰ ਰਿਪੋਰਟ ਕਰਨ, ਸੋ ਦੈਟ ਅਗਲੀ ਕਾਰਵਾਈ ਜਿਹੜੀ ਹੈ ਲੀਗਲ ਕਾਰਵਾਈ ਉਹ ਸ਼ੁਰੂ ਕੀਤੀ ਜਾ ਸਕੇ। ਅਤੇ ਮੇਰਾ ਲੋਕਾਂ ਨੂੰ ਇਹ ਅਪੀਲ ਹੈ ਕਿ ਜੇ ਕਿਤੇ ਇਸ ਤਰੀਕੇ ਦੀ ਕੋਈ ਗੱਲ ਸਾਹਮਣੇ ਆਉਂਦੀ ਹੈ, ਸਾਡੇ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ ਜੀ। ਧੰਨਵਾਦ ਸਰ, ਥੈਂਕ ਯੂ ਜੀ। ਸੋ ਤੁਸੀਂ ਦੇਖਿਆ ਕਿ ਬੜੀ ਵਧੀਆ ਗੱਲ ਹੈ, ਪੰਜਾਬ ਪੁਲਿਸ ਦੀ ਤੁਰੰਤ ਜਿਹੜਾ 24 ਘੰਟਿਆਂ ਦੇ ਵਿੱਚ ਜਿਹੜਾ ਐਕਸ਼ਨ ਲਿਆ ਗਿਆ ਅਤੇ ਜਿਹੜੇ 5 ਵਿਅਕਤੀ ਸੀ ਜਿਹੜੇ ਉਹਨਾਂ ਨੂੰ ਕਾਬੂ ਕੀਤਾ ਗਿਆ, ਫਰੋਤੀ ਮੰਗੀ ਗਈ ਸੀ ਅਤੇ ਫਰੋਤੀ ਦੇ ਤਹਿਤ ਜਿਹੜਾ ਸੀ ਆਪਣਾ ਉਹਨਾਂ ਨੂੰ ਕਾਬੂ ਕਰਕੇ ਜਿਹੜਾ ਉਹਨਾਂ ਦੇ ਕੋਲੋਂ ਜਿਹੜਾ ਕੁਛ ਜਿਹੜਾ ਮਨੀ ਜਿਹੜੀ ਉਹ ਵੀ ਬਰਾਮਦ ਹੁੰਦੀ ਹੈ ਅਤੇ ਇੱਕ ਜਿਹੜਾ ਵਾ ਪਿਸਤੌਲ ਜਿਹੜਾ ਵਾ ਦੱਸਿਆ ਜਾਂਦਾ ਉਹ ਵੀ ਬਰਾਮਦ ਜਿਹੜਾ ਵਾ ਕੀਤਾ ਜਾਂਦਾ। ਪੰਜਾਬ ਪੁਲਿਸ ਇਸ ਵਕਤ ਜਿਹੜਾ ਸਾਡੇ ਨਾਲ ਮਾਨਯੋਗ SSP ਚਰਨਜੀਤ ਸਿੰਘ ਸੋਲ ਸੀ, ਦਿਹਾਤੀ ਦੇ SSP, ਉਹਨਾਂ ਨੇ ਗੱਲਬਾਤ ਕੀਤੀ ਅਤੇ ਦੱਸਿਆ ਕਿ ਪੰਜਾਬ ਪੁਲਿਸ ਜਿਹੜੀ ਆ ਦਿਨ ਰਾਤ ਤੁਹਾਡੀ ਸੇਵਾ ਦੇ ਵਿੱਚ ਜਿਹੜਾ ਵਾ ਨਿਰਪੱਖ ਅੱਗੇ ਹੋ ਕੇ ਖੜੀ ਆ। ਸਾਡਾ ਕਹਿੰਦੇ ਮੁੱਖ ਮਕਸਦ ਇਹੋ ਹੈ ਕਿ ਤੁਹਾਡੀ ਸੇਵਾ ਜਿਹੜੀ ਆ ਅੱਗੇ ਹੋ ਕੇ ਕੀਤੀ ਜਾਵੇ ਅਤੇ ਤੁਹਾਨੂੰ ਜਿਹੜਾ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਜਿਹੜਾ ਵਾ ਨਾ ਆਉਣ ਦਿੱਤਾ ਜਾਵੇ। ਸੋ ਇੱਦਾਂ ਦੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨਾਲ ਜਿਹੜਾ ਵਾ ਜ਼ਰੂਰ ਜੁੜੇ ਰਹੋ। ਮੈਂ ਤੁਹਾਡਾ ਦੋਸਤ ਅਤੇ ਹੋਸਟ ਮਿੱਤਰ ਲਵਗਿਲ ਸ਼ਾਹ, ਮੇਰੇ ਨਾਲ ਨੇ ਕੈਮਰਾਮੈਨ ਹਰੀਸ਼ ਕੁਮਾਰ, ਡੇਲੀ ਡੈਸਕ TV ਕੈਨੇਡਾ ਤੋਂ।